ਯਾਰਾਂ ਸਿਪਾਹੀ ਨੇ ਇੱਕ ਥਾਣੇਦਾਰ ਉਹ ਥਾਣੇਦਾਰ ਤੇ ਆ ਕਲਾਡੇ ਤੇ ਉਹ ਸਿਪਾਹੀ ਆਂਜੀ ਨੂੰ ਸੀ ਤੋੜ ਲਾਲੇ ਕਬਰਾਂ ਤੱਕ ਸਾਰੇ ਬੂਟੇ ਬੜੇ ਉਹ ਰੋਟੀਆਂ ਖਾਂਦੇ ਖਾਂਦੇ ਨੇ थोड़ा सी जैसा इतने कुछ लख बंदे हुए टिब्बा अंशी में मुर्दे पे सारे बीबियां बच्चे खूहां छालां मारदे रहे। ऐ जी सरदार इकबाल सिंह दा डेरा जिथे कतलेआम होया सी 47 वेले ते असीं उस जगह पहुंच गए हैं जिथे उन्हां दी समाधियां कबरां बनाईआं गईआं सी। 28 मुसलमान जिहड़े सी उह पिंड जूआं वाली दे वी इत्थे ही मारे गए सी जिन्हां नूं इत्थे दफनाया गया नाल सिखां नूं भी इजतमाई कबर बना के उहदे विच दफन किया गया जिथे सरदार मंगल सिंह का काफले के उत्ते हमला किया गया तो उत्थे लखां हजारां जत्था मारिया गया। तुहानूं कैवें तलाह मिली घर दे विच के भी साडा बाप भी मर गया साडा भरा भी आ जा कबरां कढ़ीआं। अच्छा तुसीं फिर वेखण गए अपने बाप की लाश लभण गए? आप उत्थे लाश उत्थे भरा जी उत्थे प्यो गोली वजी सी एक तो नहीं इतने कोई 30-40 जी मुसलमान। हाँ अच्छा ते जेड़ियां इन्हां दी लाशां सी ओ फिर की दफनाइयां या उन्हां नूं अग्गां लाइयां किन्नां जी जिहड़े सिखां दी लाशां सी इत्थे सिखां दी जा के नारे रोड है कोई जब्बियां कईआं लाए शेरे कोटिया ओहदा मुंडा नाल सी। अच्छा मुंडा नाल सी ओ चला गया सी के मारिया गया सी ओ भी? ओहीं मारिया गया थानेदार गोली मारी गोलडम मारी थानेदार का कन्न उड गया वो एक कमियार सी कालो वाले दा वो कोई फौज च रहा है मेनू फड़ाओ गोली रैफल रैफल फड़ाई ਉਹ ਪਹਿਲਾਂ ਕਾਰ ਪੈਂਚਰ ਕੀਤੀ ਫਿਰ ਉਹ ਗੋਲੀ ਵਿੱਚ ਮਾਰੀ ਉਹ ਜੀ ਦੋ ਜਿਹੜੇ ਸਾਨੂੰ ਮਰ ਗਏ। ਅਸਲਾਮ ਅਲੈਕਮ ਸਤਿ ਸ੍ਰੀ ਅਕਾਲ ਅਦਾਬ ਦੋਸਤੋ ਸਭ ਦਾ ਪੰਜਾਬ ਦੀ ਟੀਮ ਪਿੰਡ ਅਬਦੁੱਲਾਪੁਰ ਜਿਸ ਦਾ ਪੁਰਾਣਾ ਨਾਮ ਜੂਆਂ ਵਾਲੀ ਸੀ ਅੱਜ ਜਿੱਥੇ ਪਹੁੰਚੇ ਹਾਂ ਅੱਜ ਦੀ ਕਹਾਣੀ ਦਾ ਮਤਲਬ ਤੁਸੀਂ ਸਾਡੀਆਂ ਕਹਾਣੀਆਂ ਵੇਖਦੇ ਹੋ ਉਹਦੇ ਵਿੱਚ ਅਕਸਰ ਜ਼ਿਕਰ ਹੁੰਦਾ ਹੈ ਸਰਦਾਰ ਮੰਗਲ ਸਿੰਘ ਸ਼ੇਰਾਕੋਟੀਆ ਦਾ ਕਾਫਲਾ ਇਸ ਪਿੰਡ ਦੇ ਕੋਲ ਵੱਢਿਆ ਗਿਆ ਸੀ। ਅੱਜ ਇੱਕ ਗਵਾਹ ਨੂੰ ਮਿਲਾਂਗੇ ਜਿਨ੍ਹਾਂ ਦੇ ਵਾਲਦ ਭਰਾ ਅਤੇ ਚਾਚਾ ਜੀ ਵੀ ਇਸ ਹਮਲੇ ਦੇ ਵਿੱਚ ਮਾਰੇ ਗਏ ਸਨ। ਇਹ ਹਮਲਾ ਕਿਸਨੇ ਅਤੇ ਕਿੱਦਾਂ ਕਰਵਾਇਆ ਸਾਰੀ ਹਕੀਕਤ ਜਾਣਨ ਵਾਸਤੇ ਇਸ ਪਿੰਡ ਵਿੱਚ ਆਏ ਹਾਂ ਅਤੇ ਤੁਹਾਨੂੰ ਵੀਡੀਓ ਦੇ ਐਂਡ 'ਚ ਉਹ ਜਗ੍ਹਾ ਵੀ ਦਿਖਾਵਾਂਗੇ ਜਿੱਥੇ ਉਸ ਹਮਲੇ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਸਨ ਉਹਨਾਂ ਦੀਆਂ ਕਬਰਾਂ ਅੱਜ ਵੀ ਮੌਜੂਦ ਨੇ ਉਹ ਵੀ ਤੁਹਾਨੂੰ ਜਗ੍ਹਾ ਦਿਖਾਵਾਂਗੇ ਅਤੇ ਆਓ ਮਿਲਦੇ ਹਾਂ ਬਜ਼ੁਰਗਾਂ ਦੇ ਨਾਲ ਅਤੇ ਗੱਲਬਾਤ ਸਾਂਝੀ ਕਰਦੇ ਹਾਂ ਕਿ ਇਸ ਪਿੰਡ ਦੇ ਵਿੱਚ ਕਿਸ ਤਰ੍ਹਾਂ ਸਰਦਾਰ ਮੰਗਲ ਸਿੰਘ ਦੇ ਕਾਫਲੇ ਉੱਤੇ ਹਮਲਾ ਹੋਇਆ। ਸਲਾਮ ਅਲੈਕਮ। ਵਾਲੇਕਮ ਸਲਾਮ। ਕੀ ਹਾਲ ਚਾਲ ਹੈ? ਸ਼ੁਕਰ। ਦੇਖੋ ਕੀ ਨਾਮ ਹੈ ਆਪਣਾ? ਮੇਰੇ ਨਾਮ ਨਜ਼ਰ ਮੁਹੰਮਦ। ਨਜ਼ਰ ਮੁਹੰਮਦ? ਅਬਦੁੱਲਾਪੁਰ ਜਿਹੜਾ ਜੂਆਂ ਵਾਲੀ ਪਿੰਡ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਬੋਰੇ ਪਿਆਰੇ, ਬਾਟ ਕਿਲਾ, ਨਾਲਾਪੁਰ, ਸਹੀ ਹੋ ਗਿਆ, ਮਾਇਆ, ਪਿਪਲੀ, ਸਹੀ ਦੱਸੀ ਜੋ ਜਿੰਨੇ ਆਂ ਤੇ ਦੱਸ ਦਿੰਦੇ ਪਿੰਡ। ਵਾਹ ਜੀ ਵਾਹ। ਅੱਛਾ ਬਜ਼ੁਰਗੋ ਤਹਿਸੀਲ ਕਿਹੜੀ ਸੀ ਇਹਦੀ? ਹਾਂ ਤਹਿਸੀਲ
तहसील हां जी तहसील पालू सी कोई राणा तहसील अच्छा फिर हुई जी कामो के अच्छा अच्छा ते होने होने निशहरा विरका अच्छा निशहरा विरका हां सही हो गया ਤੁਹਾਡੀ ਉਮਰ ਕਿੰਨੀ ਹੋ ਗਈ ਹੈ ਉਮਰ ਦਾ ਪਤਾ ਨਹੀਂ ਹੁਣ ਕਿੰਨੀ ਆ ਗਈ ਪਤਾ ਲੱਗ ਜਦੋਂ ਵੰਡ ਹੋਈ ਹੈ 47 ਦੀ ਹਾਂ ਉਸ ਵੇਲੇ ਕਿੰਨੀ ਉਮਰ ਸੀ ਉਸ ਵੇਲੇ ਜਿਵੇਂ ਪੜਦਾ ਸਾਂ ਕਿੰਨਵੀਂ ਜੇ ਸਕੂਲੇ ਦੂਸਰੀ ਚ ਅੱਛਾ ਦੂਸਰੀ ਚ ਇਹਦਾ ਮਤਲਬ 12 13 ਸਾਲ ਦੀ ਹੈਗੀ ਸੀ ਉਮਰ ਨਹੀਂ 5 7 ਸਾਲ ਦੀ 8 ਦੀ ਹੋ ਗਈ ਅੱਛਾ 8 ਸਾਲ ਦੀ ਸੀ ਸਹੀ ਹੋ ਗਿਆ ਇਹ ਜਿਹੜਾ ਪਿੰਡ ਜੂਆਂ ਵਾਲੀ ਹਾਂ ਇੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਇੱਥੇ ਰਹਿੰਦੇ ਹਨ ਸੰਭਰਾ ਤੇ ਇੱਥੇ ਖੱਤਰੀ ਸਨ ਬਸ ਦੋਵੇਂ ਕੌਣ ਸਿੱਖ ਵੀ ਰਹਿੰਦੇ ਸੀ ਸਿੱਖ ਖੱਤਰੀ ਸਿੱਖ ਹੀ ਸਨ ਅੱਛਾ 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 ਤੁਹਾਡੇ ਪਿੰਡ ਦੇ ਲੰਬੜਦਾਰੀਆਂ ਕਿੰਨੀਆਂ ਸੀ ਇੱਕੋ ਹੀ ਲੰਬੜਦਾਰ ਕੀ ਨਾਂ ਸੀ ਉਹਦਾ ਮਿਹਰਦਾਰ ਮਿਹਰ ਮਿਹਰਦਾਰ ਮਿਹਰਦਾਸ ਹਾਂ ਮਿਹਰਦਾਸ ਉਹਦਾ ਤੁਹਾਡੇ ਪਿੰਡ ਦੇ ਜਿਹੜੇ ਮੁਤਬਰ ਬੰਦੇ ਸੀ ਉਹਨਾਂ ਦਾ ਕੋਈ ਨਾਂ ਯਾਦ ਨੇ ਜਿਹੜੇ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਯਾਦ ਕਰੀਮ ਬਿਸ਼ਕ ਹੈ ਹਾਂਜੀ ਗੁਲਾਮ ਮਹਿਮਦ ਅੱਛਾ ਪਹਿਲਵਾਨ ਉਹਦਾ ਭਰਾ ਸੀ ਅੱਛਾ ਮਿਹਰਦਾਰ ਲੰਬੜ ਹੈ ਸੋਹਣਾ ਸੰਭਰਾ ਵਡੇਰੇ ਵਡੇਰੇ ਬੰਦੇ ਜਿਹੜੇ ਤੇ ਸਿੱਖਾਂ ਦੇ ਕੀ ਨਾਂ ਸਨ ਸਿੱਖਾਂ ਦੇ ਨਾਂ ਸੁੰਦਰ ਸਿੰਘ ਹੈਂ ਬਾਬਾ ਸੁੰਦਰ ਅੱਛਾ ਬਾਬਾ ਹਰੀ ਸ਼ਾਹ ਅੱਛਾ ਤੇ ਹਿੰਦੂਆਂ ਦੇ ਸਾਈ ਲੱਭਾ ਸਿੰਘ ਅੱਛਾ ਲੱਭਾ ਸਿੰਘ ਇਤਰਾ ਜਾ ਸਹੀ ਹੋ ਗਿਆ ਅੱਛਾ ਬਾਬਾ ਜੀ ਆਪਸ ਚ ਸਿੱਖਾਂ ਨਾਲ ਹਿੰਦੂਆਂ ਨਾਲ ਰਹਿਣ ਸਹਿਣ ਕਿੱਦਾਂ ਦਾ ਹੁੰਦਾ ਸੀ ਬੜਾ ਪਿਆਰਾ ਬੜਾ ਪਿਆਰਾ ਰਾਤ ਆਉਣ ਜਾਣ ਹੈ ਸੀ ਵਿਆਹਾਂ ਸ਼ਾਦੀਆਂ ਚ ਆਉਣ ਜਾਣ ਸ਼ਾਦੀਆਂ ਅੱਛਾ ਹਾਂ ਤੁਹਾਡੇ ਪਿੰਡ ਦਾ ਕੋਈ ਬਦਮਾਸ਼ ਵੀ ਹੋਇਆ ਸਿੱਖਾਂ ਵਿੱਚੋਂ ਹਾਂ ਸਿੱਖਾਂ ਵਿੱਚ ਨਹੀਂ ਹੋਇਆ ਮੁਸਲਮਾਨਾਂ ਚ ਹੋਇਆ ਕਿਹੜਾ ਬੋਲਾ ਨਿਰਾਜ ਬੋਲਾ ਹਾਂ ਅੱਛਾ ਸਹੀ ਹੋ ਗਿਆ ਬਾਬਾ ਨਾਂ ਸੀ ਉਹਦਾ ਬੋਲਾ ਬੜਾ ਜੀ ਵਾਧੂ ਸੀ ਸਹੀ ਹੋ ਗਿਆ ਤੁਹਾਡੇ ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ ਮੇਲਾ ਬਾਬੇ ਮੌਦਰੀਆ ਬਾਬੇ ਮੌਦਰੀਆ ਬਾਬੇ ਮੌਦਰੀਆ ਅੱਛਾ ਸਿੱਖ ਵੀ ਮੇਲਾ ਮਨਾਉਂਦੇ ਸੀ ਜਾਂਦੇ ਸਾਰੇ ਜਾਣਦੇ ਹੁੰਦੇ ਨਕਲੀ ਸ਼ਕਲੀ ਆਉਂਦੇ ਹੁੰਦੇ ਸੀ ਆਹੋ ਤੁਹਾਡੇ ਨਾਲ ਕਿਹੜੇ ਬੱਚੇ ਪੜ੍ਹਦੇ ਹੁੰਦੇ ਸੀ ਸਕੂਲੇ ਮੇਰੇ ਨਾਲ ਸਿੱਖਾਂ ਦੇ ਮੁੰਡੇ ਪੜ੍ਹਦੇ ਕੀ ਨਾਂ ਯਾਦ ਨੇ ਉਹਨਾਂ ਦੇ ਸਰਦਾਰਾ ਤੂਰੀ ਸਰਦਾਰਾ ਤੂਰੀ ਲਾਲੇਪੁਰ ਦੇ ਮੁੰਡੇ ਸਨ ਨਾਲੇ ਮੁੰਡੇ ਸਨ ਕੋਈ ਲਾਲੇਪੁਰ ਦੇ ਕੋਈ ਬੁੱਢੇ ਦੇ ਉੱਥੇ ਦੇ ਕਿਲੇ ਦੇ ਅੱਛਾ ਸਕੂਲ ਕਿੱਥੇ ਹੁੰਦਾ ਸੀ ਲਾਲੇਪੁਰ ਅੱਛਾ ਕਿੰਨਵੀਂ ਤੱਕ ਹੁੰਦਾ ਸੀ ਉਸ ਟਾਈਮ ਸਕੂਲ ਪੰਜਵੀਂ ਤੱਕ ਮਾਸਟਰ ਕਿੱਥੋਂ ਦੇ ਸਨ ਜਿਹੜੇ ਪੜ੍ਹਾਉਂਦੇ ਸਨ ਉਹ ਸਾਡੇ ਉਹ ਸਨ ਔਰ ਔਲਖ ਭਾਈ ਕਿਹਦੇ ਹਾਂ ਕੋਈ ਨਾਂ ਯਾਦ ਆਪਣੇ ਮਾਸਟਰ ਦਾ ਨਹੀਂ ਅੱਛਾ ਨਾਂ ਨਹੀਂ ਯਾਦ ਸਹੀ ਹੋ ਗਿਆ ਅੱਛਾ ਬਾਬਾ ਜੀ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ ਉਸ ਵੇਲੇ ਕਿੱਦਾਂ ਤੁਹਾਨੂੰ ਪਤਾ ਲੱਗਾ ਤੁਹਾਡੇ ਪਿੰਡ ਦੇ ਸਿੱਖ ਕਿੱਦਾਂ ਉੱਠ ਕੇ ਗਏ ਸਾਡੇ ਪਿੰਡ ਦੇ ਸਿੱਖ ਬੈਠੇ ਸਨ ਜਦੋਂ ਜਸਾ ਪਿਆ ਸ਼ੇਰੇ ਕੋਟੀਏ ਦਾ ਅੱਛਾ ਇਹ ਡੇਰੇ ਤੇ ਇਹ ਕਿਹੜਾ ਡੇਰਾ ਬਾਈ ਦਾ ਇਹ ਡੇਰਾ ਹੁਣ ਪਿੰਡ ਦੇ ਹੀ ਅੱਗੇ ਜੀ ਇੱਥੇ ਬਾਜੀ ਸੀ ਕਰਾਂ
ਇੱਥੇ ਜਸਾ ਪਿਆ ਸ਼ੇਰੇਕੋਟੀਏ ਦਾ। ਅੱਛਾ, ਇੱਥੇ ਹੀ ਮੋਇਆ ਉਹ, ਇੱਥੇ ਹੀ ਸਾਡੇ ਮਾਰੇ। ਤੁਸੀਂ ਉਹ ਉਸ ਟਾਈਮ ਹਮਲਾ ਵੇਖਿਆ? ਆਹੋ, ਪਿਓ ਮੇਰਾ ਸ਼ਹੀਦ ਹੋ ਗਿਆ, ਮੇਰਾ ਭਰਾ ਸ਼ਹੀਦ ਹੋ ਗਿਆ। ਤੁਹਾਡਾ ਭਾਈ ਵੀ ਸ਼ਹੀਦ ਹੋਇਆ? ਹਾਂ, ਇਸ ਹਮਲੇ ਦੇ ਵਿੱਚ? ਹਾਂ। ਕੋਈ ਥੋੜਾ ਜਿਹਾ ਦੱਸੋ ਨਾ, ਕੀ ਹੋਇਆ ਸੀ, ਉਹਨੇ ਕਿਵੇਂ ਹਮਲਾ ਕੀਤਾ ਸੀ? ਉਹਨੂੰ ਸ਼ਰਾਰਤ ਹੋਈ ਸੀ, ਆਉਣਾ ਸੀ ਇੱਥੇ, ਇੱਥੇ ਮਸ਼ਵਰਾ ਸੀ ਉਹ ਕੁੱਲ ਵਾਲੇ ਵਾਲਾ ਖਾਂ ਸੀ ਨਾ, ਅਜੀਜ ਖਾਂ। ਹਾਂਜੀ, ਉਹ ਮਸ਼ਵਰਾ ਕੀਤਾ ਵੀ ਉੱਧਰ ਮੁਸਲਮਾਨਾਂ ਨੂੰ ਤੰਗ ਕਰਦੇ ਨੇ ਸਿੱਖ। ਅੱਛਾ, ਤੇ ਅਸੀਂ ਵੀ ਕੋਈ ਚਾਰ ਜੀ ਜੁੜ ਕੇ ਹੈਂ। ਅੱਛਾ, ਤੇ ਅਸੀਂ ਵੀ ਲੋਕਾਂ ਨੂੰ ਅਸੀਂ ਵੀ ਤੰਗ ਕਰੀਏ। ਅੱਛਾ, ਉਹਦੇ ਆਉਣ ਤੋਂ ਪਰੂ ਉਹ ਚੜ ਪਿਆ, ਉੱਠ ਗਿਆ। ਸ਼ੇਰੇ ਘੋਟੀਆ ਉਹ ਇੱਥੇ ਲਗਾ ਹੁੰਦਾ ਤੇ, ਮਗਰ ਲੋਕ ਉਂਗਲਾਂ ਦੇ ਉਹਨਾਂ ਦੇ ਖਲੋਂਦੇ ਨੀ। ਉਹ ਚਿੱਠੀ ਆਇਆ ਤੇ ਉਹ ਮਗਰੋਂ ਸੂਏ, ਮਗਰੋਂ ਕਿਸੇ ਸ਼ਰਾਰਤ ਕਰ ਦਿੱਤੀ, ਉੱਥੇ ਪਾਣੀ ਲਾਇਆ ਸੀ ਇਸਾਈਆਂ ਨੇ, ਉਹਨਾਂ ਮਗਰੋਂ ਗੱਡੇ ਦੀ ਸ਼ਰਾਰਤ ਕੀਤੀ। ਉਹਨਾਂ ਆਖਿਆ ਲਾ ਵੀ ਮੁਸਲਮਾਨ ਪੈ ਗਏ ਜੀ। ਅੱਛਾ, ਉਹਨਾਂ ਉੱਥੇ ਗੋਲੀ ਸ਼ੁਰੂ ਕਰ ਦਿੱਤੀ ਚਲਾਣੀ। ਰੋਟੀ ਖਾ ਲਈ ਫੇਰ ਟੁਰਾਂਗੇ। ਹੋਰ ਇੱਥੇ ਸਾਰਾ ਉਹਦਾ ਜਥਾ ਮਰ ਗਿਆ, ਕੋਈ ਸ਼ਹਿਰ ਹੀ ਨੀ। ਨਹੀਂ ਬਾਬਾ, ਕਿੰਨੀ ਕੁ ਆਮ ਸੀ ਉਸ ਟਾਈਮ ਜਥੇ ਦੇ ਵਿੱਚ? ਉਹਦੇ ਕਿੰਨੀ ਕੁ ਕਿਹੜੀ ਗਿਣੀ? ਤੇ ਤੁਹਾਡੇ ਵਾਲਾ ਸਾਹਿਬ ਹੁਣੀ, ਤੁਹਾਡਾ ਤੇ ਪਿੰਡ ਅੱਗੇ ਪੈਂਦਾ ਇੱਧਰ ਜੂਆਂ ਵਾਲੀ, ਤੁਹਾਡੇ ਵਾਲਾ ਸਾਹਿਬ ਵੀ ਉੱਥੇ ਜਥੇ ਦੇ ਕੀ ਕਰਨ ਗਏ? ਉਹ ਉੱਥੇ ਬਲਬਾਂ ਚਾੜ ਕੇ ਪਿੰਡੋਂ ਤੇ ਜਥਾ ਆ ਗਿਆ ਸ਼ੇਰੇ ਕੋਟੀਏ ਦਾ, ਹੈਗਾ ਦੂਜੇ ਦਾ ਖਾਂ ਕੋਲ ਵਾਲੇ ਵਾਲੇ, ਤੇ ਅਸੀਂ ਵੀ ਉਹਨਾਂ ਨੇ ਨਾਲ ਰਲੀ ਜੇ, ਤੇ ਚਲੋ ਅਸੀਂ ਵੀ ਕੋਈ ਦੁਆ ਨੂੰ ਤਰਾਈਏ ਤਰੂਈਏ, ਉੱਧਰ ਉਹ ਵੀ ਡਾਂਸ ਰਹਿਣ। ਹਾਂ, ਉੱਥੇ ਚੜ ਕੇ ਆਏ ਨੇ। ਤੁਹਾਡਾ ਭਰਾ ਦਾ ਨਾਂ ਕੀ ਸੀ? ਹੈਂ, ਤੁਹਾਡੇ ਭਰਾ ਦਾ ਨਾਂ ਕੀ ਸੀ ਜਿਹੜਾ ਫੌਤ ਹੋਇਆ? ਜਵਾਨ ਮਨ। ਅੱਛਾ, ਉਹਦੀ ਕਿੰਨੀ ਉਮਰ ਸੀ ਉਸ ਵੇਲੇ? ਜਵਾਨ ਸੀ ਬੜਾ। ਅੱਛਾ, ਜਵਾਨ ਸੀ। ਹਾਂ, ਸਹੀ ਹੋ ਗਿਆ। ਉਹ ਵੀ ਬਲਮ ਲੈ ਕੇ ਗਿਆ ਸੀ ਸਭ ਕੁਝ, ਮੱਝੀ ਚੋ ਚਾ ਗਿਆ। ਅੱਛਾ, ਕਿਹੜਾ ਵੇਲਾ ਸੀ ਉਹ? ਸ਼ਾਮ ਦਾ ਟਾਈਮ ਸੀ? ਨਹੀਂ, ਸੁਬਾਹ ਦਾ। ਅੱਛਾ, ਪਹਿਲਾ ਟਾਈਮ। ਹਾਂ, ਤੇ ਮੈਨੂੰ ਪਤਾ ਲੱਗਿਆ, ਕਈ ਲੋਕ ਦੱਸਦੇ ਨੇ ਕਿ ਉਹਦੀ ਆਪਣੀ ਜਿਹੜੀ ਮਸ਼ੀਨ ਗਨ ਸੀ ਉਹ ਆਪਣੇ ਜਿੱਥੇ ਉੱਥੇ ਚੱਲ ਗਈ ਸੀ। ਨਾ ਨਾ, ਉਹ ਸਾਡਾ ਚਾਚਾ ਲੱਗਦਾ ਸੀ, ਉਹ ਗਿਆ ਤੇ ਉਹ ਸਵਾਰ ਡਿੱਗ ਪਿਆ, ਘੋੜੀ ਉਹਦੇ ਕੋਲ ਸੀ, ਤੁਹਾਡੇ ਚਾਚੇ ਕੋਲ? ਹਾਂ, ਨਹੀਂ ਨਹੀਂ, ਉਹ ਸਵਾਰ ਜਿਹੜਾ ਸਿੱਖ ਸੀ। ਅੱਛਾ, ਉਹਦੀ ਘੋੜੀ ਛੁੱਟ ਗਈ, ਉਹ ਕਾਬੂ ਕਰ ਲਈ ਘੋੜੀ ਚਾਚੇ ਸਾਡੇ ਨੇ। ਅੱਛਾ, ਉਹ ਵੀ ਸ਼ਹੀਦ ਹੋ ਗਿਆ ਸੀ ਇੱਥੇ। ਥਾਣੇ ਜਾ ਕੇ ਸਲਾਹ ਕੀਤੀ ਵੀ ਜਿਹੜਾ ਪੈ ਗਿਆ ਤੇ ਆ ਗੱਲ, ਉਹ ਜਾ ਕੇ ਥਾਣੇ ਗੱਲ ਕੀਤੀ। ਥਾਣੇ ਦਾ 11 ਸਿਪਾਹੀ ਨੇ, ਇੱਕ ਥਾਣੇਦਾਰ, ਉਹ ਉੱਥੋਂ ਚੜੇ ਨੇ, ਤੋੜ ਸ਼ਿਰਕ ਭਰੀ ਇੱਕ ਸਿੱਖਾਂ ਦੀ, ਉਹਨਾਂ ਕਹਿੰਦੇ ਵਿਚਾਰਾ ਕਰਾਂ ਦੇ ਮਟਵੀਂ ਦੇ ਆ ਗਏ। ਅੱਛਾ, ਤੇ ਮਟਵਾਂ ਤੋਂ ਉੱਠਾਂ ਦੇ ਫੇਰ ਆਗਾਂ ਤੋਂ, ਉਹ ਤੋਂ ਆ ਗਏ ਨੇ 11 ਸਿਪਾਹੀ ਨੇ ਇੱਕ ਥਾਣੇਦਾਰ, ਥਾਣੇਦਾਰ ਤੇ ਆ ਕਲਾਡੇ ਤੇ ਉਹ ਸਿਪਾਹੀ ਆਈ ਨੂੰ ਸੀ ਤੋੜ ਲਾਲੇ ਕਬਰਾਂ ਤੱਕ ਸਾਰ ਬੂਟੇ ਬੜੇ। ਅੱਛਾ, ਉਹ ਰੋਟੀਆਂ ਖਾਂਦੇ ਖਾਂਦੇ ਨੇ ਥੋੜਾ ਸੀ ਜਿਹਾ। ਕਿੰਨੀ ਕੁ ਆਵਾਮ ਮਰੀ ਇੱਥੇ? ਕੋਈ ਲੱਖਾਂ ਬੰਦੇ ਹੋਏ, ਇਹ ਟਿੱਬਾ ਸੀ ਜਿਵੇਂ ਮੁਰਦੇ ਪਏ ਨੇ ਸਾਰੇ। ਬੀਬੀਆਂ ਵੀ, ਬੱਚੇ ਵੀ, ਬੀਬੀਆਂ ਬੱਚੇ ਸਾਰੇ ਕੰਮ ਕਰ। ਬਾਬਾ ਜੀ, ਇੱਥੋਂ ਦੀਆਂ ਸਿੱਖਾਂ ਦੀਆਂ ਔਰਤਾਂ ਆਲੇ ਦੁਆਲੇ ਦੇ ਲੋਕਾਂ ਨੇ ਚੁੱਕੀਆਂ? ਨਹੀਂ।
ਕੋਈ ਰਹਿ ਤੇ ਨੀ ਗਈ ਇਧਰ ਆਪਣੇ ਆਲੇ ਦੁਆਲੇ ਪਿੰਡਾਂ ਚ? ਨਹੀਂ ਹੈ, ਮੁਸਲਮਾਨ ਹੋ ਗਏ। ਅੱਛਾ, ਜਿਹੜੇ ਗਏ ਨੇ ਮੁਸਲਮਾਨ ਹੋ ਗਏ? ਨਹੀਂ, ਜਥੇ ਦੇ ਵਿੱਚੋਂ? ਜਥੇ ਵਿੱਚੋਂ ਨਹੀਂ, ਜਥਾ ਮਾਰਿਆ ਗਿਆ। ਤੁਹਾਨੂੰ ਕਿਵੇਂ ਸਲਾਹ ਮਿਲੀ ਘਰ ਦੇ ਵਿਚ ਗੋਲੀ ਵੱਜੀ ਸੀ? ਇੱਕ ਤੇ ਨੀ, ਇੱਥੇ ਹੋਇਆ ਕੋਈ 30-40 ਜੀ ਮੁਸਲਮਾਨ। ਹਾਂ, ਅੱਛਾ। ਤੇ ਜਿਹੜੀਆਂ ਇਹਨਾਂ ਦੀ ਲਾਸ਼ਾਂ ਸੀ ਉਹ ਫਿਰ ਕੀ ਦਫਨਾਈਆਂ ਜਾਂ ਉਹਨਾਂ ਨੂੰ ਅੱਗਾਂ ਲਾਈਆਂ? ਕਿੰਨਾ ਜੀ ਤੁਹਾਡੇ ਆਲੇ ਦੁਆਲੇ ਪਿੰਡ ਦੇ ਕਿਹੜੇ ਕਿਹੜੇ ਨਾਂ ਦੇ ਖੂਹ ਵੱਜਦੇ ਹੁੰਦੇ ਸੀ? ਲੁਹਾਰ ਵਾਲਾ, ਪਰਾਂ ਕੇ ਕੋਣ, ਪਰਾਂ ਆਪਣਾ ਕਿੱਕਰ ਵਾਲਾ। ਅੱਛਾ, ਹਾਂ, ਇੱਕ ਆ ਸਾਡਾ ਖੂਹ। ਤੁਹਾਡੇ ਖੂਹ ਦਾ ਕੀ ਨਾਂ ਸੀ? ਨਵਾਂ ਖੂਹ। ਅੱਛਾ, ਜਿਹੜੇ ਸਿੱਖ ਤੁਹਾਡੇ ਪਿੰਡ ਰਹਿੰਦੇ ਸੀ ਉਹਨਾਂ ਦੀ ਵਾਹਵਾ ਪੋਏ ਸੀ? ਹਾਂ, ਵਾਧੇ ਸੀ ਉਹ ਸਾਡਾ ਅੱਧੇ ਚ। ਕਿਹੜਾ ਚੌਧਰੀ ਬੰਦਾ ਸੀ ਸਿੱਖਾਂ ਵਿੱਚੋਂ? ਬਾਬਾ ਸੁੰਦਰ। ਬਾਬਾ ਸੁੰਦਰ, ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਦੱਸੋ, ਇੰਨੇ ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ, ਕੋਈ ਮੁੜ ਕੇ ਤੁਹਾਡਾ ਪਿੰਡ ਵੇਖਣ ਆਇਆ ਜਾਂ ਮਿਲਣ ਆਇਆ? ਨਾ, ਸਾਡੇ ਪਿੰਡ ਦੋ ਘਰ ਰਹਿ ਗਏ ਸਨ, ਮੁਸਲਮਾਨ ਬਣ ਗਏ ਸਨ। ਉਹ ਕਿਹੜੇ ਕਿਹੜੇ ਸਨ? ਹੈਂ, ਬਾਬਾ ਸਰਦਾਰੀ। ਅੱਛਾ, ਚਾਚੀ ਦੇ ਚਾਚੇ ਦੀ ਧੀ ਨੇ ਨਿਕਾਹ ਉਹਦਾ ਕੀਤਾ ਸੀ। ਅੱਛਾ, ਉਹ ਇੱਥੇ ਰਹਿ ਗਿਆ ਸੀ? ਹਾਂ, ਉਹ ਰਹਿ ਗਿਆ। ਉਹਨੂੰ ਆਪਣੀ ਮਰਜ਼ੀ ਨਾਲ ਨੀ ਗਿਆ? ਨਹੀਂ, ਧੱਕੇ ਨਾ ਕਿ ਆਪਣੀ ਮਰਜ਼ੀ ਨਾਲ ਮਰ ਖਪ ਗਿਆ। ਨਹੀਂ, ਬੱਚੇ ਉਹਦੇ ਅੱਗੋਂ, ਅੱਗੇ ਪੁੱਤਰ ਉਹਦੇ, ਹਾਂ, ਉਹ ਇੱਥੇ ਰਹਿੰਦੇ ਨੇ? ਆਹੋ। ਅੱਛਾ ਅੱਛਾ, ਕਿਹੜੇ ਤੁਰ ਗਏ? ਅੱਛਾ, ਬਾਬੇ ਦਾ ਫਿਰ ਕੀ ਨਾਂ ਰੱਖਿਆ ਸੀ ਤੁਸੀਂ ਜਦੋਂ ਮੁਸਲਮਾਨ ਹੋ ਗਿਆ ਸੀ? ਬਾਬਾ ਸਰਦਾਰੀ ਦੇ ਨਾਂ, ਸਰਦਾਰ ਹੀ ਸਾਦੇ ਰਹੇ। ਅੱਛਾ, ਸਰਦਾਰ ਹੀ ਸਾਦੇ ਰਹੇ, ਸਹੀ ਹੋ ਗਿਆ। ਉਹਦੇ ਜਿਹੜੇ ਲੈਂਦੇ ਲਗਾਉਂਦੇ ਸੀ ਉਹ ਹਿੰਦੁਸਤਾਨ ਚਲੇ ਗਏ, ਉਹਨਾਂ ਨਾਲ ਦੁਬਾਰਾ ਉਹਦੀ ਮੁਲਾਕਾਤ ਨਹੀਂ ਹੋਈ? ਨਾ। ਸਹੀ ਹੋ ਗਿਆ। ਹੁਣ ਕਦੀ ਸੁੱਤੇ ਪਿਆ ਜਾਗਦੇ ਆ, ਕਦੀ ਉਹ ਵੇਲਾ ਤਾਂ ਨਹੀਂ ਯਾਦ ਆਇਆ? ਆਉਂਦਾ ਵੇਲਾ ਯਾਦ ਤੇ ਫਿਰ ਕੀ ਕਰੀਏ ਹੁਣ ਵੇਲੇ ਨੂੰ? ਉਹ ਤੁਰ ਗਿਆ ਕੰਮ, ਲੇਕਿਨ ਬੜਾ ਕੁਛ ਲੈ ਗਿਆ। ਹਾਏ ਹਾਏ, ਜਿਹੜਾ ਸਰਦਾਰ ਮੰਗਲ ਸਿੰਘ ਸੀ ਉਹ ਆਪ ਨਾਲ ਸੀ ਜਥੇ ਦੇ ਕੇ, ਉਹਦਾ ਮੁੰਡਾ ਸੀ ਜਥੇ ਮੰਗਲ ਸਿੰਘ ਕੋਲ ਵਾਲਿਆ? ਨਹੀਂ ਨਹੀਂ, ਉਹੀ ਜਿਹੜਾ ਸ਼ੇਰੇਕੋਟੀਆ। ਸ਼ੇਰੇਕੋਟੀਆ, ਉਹਦਾ ਮੁੰਡਾ ਨਾਲ ਸੀ। ਅੱਛਾ, ਮੁੰਡਾ ਨਾਲ ਸੀ। ਉਹ ਚਲਾ ਗਿਆ ਸੀ ਕਿ ਮਾਰਿਆ ਗਿਆ ਸੀ? ਉਹ ਵੀ ਹੋਈ, ਮਾਰਿਆ ਗਿਆ। ਉਹ ਗੱਡੀ 'ਚ ਸੀ ਬਾਬਾ, ਕਾਰ 'ਚ? ਹਾਂ। ਅੱਛਾ, ਉਹ ਕਾਰ ਆ ਖੜੀ ਰਹੇ ਇੱਥੇ ਅੱਡੇ ਤੇ, ਤੇ ਉਹ ਥਾਣੇਦਾਰ ਗੋਲੀ ਮਾਰੀ, ਉਹ ਗੋਲਡਨ ਮਾਰੀ। ਅੱਛਾ, ਥਾਣੇਦਾਰ ਦਾ ਕੰਨ ਉੱਡ ਗਿਆ। ਉਹ ਇੱਕ ਘੁਮਿਆਰ ਸੀ ਕੌਲ ਵਾਲੇ ਦਾ, ਉਹ ਕੋਈ ਫੌਜ 'ਚ ਰਿਹਾ ਸੀ, ਉਹ ਤਾਂ ਕਿ ਮੈਨੂੰ ਫੜਾਓ ਗੋਲੀ, ਉਹ ਰਾਈਫਲ ਫੜਾਈ, ਉਹ ਪਹਿਲਾਂ ਕਾਰ ਪੈਂਚਰ ਕੀਤੀ, ਫਿਰ ਉਹ ਗੋਲੀ ਵਿੱਚ ਮਾਰੀ, ਉਹ ਜੀ ਦੋ ਜਿਹੜੇ ਸਾਨੂੰ ਮਰ ਗਏ। ਉਹ ਵਾਕਈ ਜਿਹੜਾ ਤੁਸੀਂ ਦੱਸਿਆ ਨਾ ਕੋਲੋ ਵਾਲੇ ਦਾ, ਬਾਬਾ ਜਾਂ ਘੁਮਿਆਰਾਂ ਦਾ ਸੀ, ਉਹਦੇ ਭਰਾ ਦਾ ਮੈਂ ਇੰਟਰਵਿਊ ਕੀਤਾ ਸੀ, ਉਹਨੇ ਵੀ ਸੇਮ ਇਹੀ ਕਹਾਣੀ ਸੁਣਾਈ ਸੀ। ਹੁਣ ਕਿ ਮੇਰਾ ਭਰਾ ਸਪੈਸ਼ਲ ਗਿਆ ਸੀ ਉੱਥੇ,
ਪੁਲਿਸ ਵਾਲਿਆਂ ਦੇ ਨਾਲ ਹੋਇਆ ਤੇ ਬਾਬਾ ਜੀ ਉਸ ਟਾਈਮ ਬਹੁਤ ਬੁਰਾ ਹੋਇਆ ਸੀ, ਬੇਗੁਨਾਹ ਮਾਰੇ ਗਏ, ਉਧਰੋਂ ਮੁਸਲਮਾਨ ਮਾਰੇ ਗਏ, ਉਧਰੋਂ ਸਿੱਖ ਮਾਰੇ ਗਏ, ਸਤਾਈ ਬੰਦੇ ਸਾਡੇ ਪਿੰਡ ਦੇ ਸ਼ਹੀਦ ਹੋਏ ਸਨ, ਤੁਹਾਡੇ ਪਿੰਡ ਦੇ ਸਤਾਈ ਬੰਦੇ, ਸਤਾਈ ਬੰਦੇ ਅੱਛਾ, ਤੇ ਬਾਕੀ ਆਲੇ ਦੁਆਲੇ ਪਿੰਡਾਂ ਦੇ ਹੋਏ ਸਨ? ਸਭ ਲੁੱਟਿਆ ਗਿਆ, ਲੁੱਟ ਲਿਆ, ਬੜਾ ਭਾਰੀ ਨੁਕਸਾਨ ਹੋਇਆ ਸੀ। ਇਹ ਜਥਾ ਮਾਰਨ ਦੇ ਵਿੱਚ ਨਾ ਜਦੋਂ ਮਰਿਆ ਸੀ, ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀ ਨਾ ਉੱਥੇ ਪਟਿਆਲੇ, ਉਦੋਂ ਫਿਰ ਉੱਥੇ ਕਤਲੇਆਮ ਸ਼ੁਰੂ ਹੋਈ ਸੀ, ਉਹਨਾਂ ਕਤਲੇਆਮ ਕੀਤੀ ਫਿਰ ਉਹਨਾਂ ਨੇ ਫਿਰ ਘਰਾਂ 'ਚ ਮੁਸਲਮਾਨਾਂ ਨੂੰ ਕੱਢ ਕੱਢ ਮਾਰਿਆ ਸੀ। ਆਹੋ, ਅਗਰ ਇਹ ਜਥਾ ਸਹੀ ਸਲਾਮਤ ਪਹੁੰਚ ਜਾਂਦਾ ਤੇ ਕੋਈ ਵੀ ਨਹੀਂ ਸੀ ਜੀ ਮਰਨਾ। ਉਹ ਪਰ ਜਦੋਂ ਕਿਸੇ ਆਈ ਉਹ ਕੱਢਣੀ ਹੋਣੀ, ਇਹ ਜੋ ਵੀ ਜਿਹੜੇ ਕੋਟੀ ਆਏ ਵਿਆਹ ਸੀ ਉੱਥੇ, ਇਹਦੀ ਚੱਲਦੀ ਸੀ ਨਾ। ਠੀਕ ਹੋ ਗਿਆ ਬਜ਼ੁਰਗੋ, ਚਲੋ ਜੀ, ਬੜਾ ਵਧੀਆ ਲੱਗਿਆ, ਅੱਲਾਹ ਮਿਹਰਬਾਨੀ ਮਿਹਰਬਾਨੀ। ਇਹ ਜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਡੇਰਾ ਸੀ ਜਿੱਥੇ ਕਤਲੇਆਮ ਹੋਈ ਸੀ, ਇਹ ਉਹ ਡੇਰਾ, ਅਤੇ ਇਹਦੇ ਪਿੱਛੇ ਹੀ ਜਿਹੜੇ ਇੱਥੇ ਕਤਲੇਆਮ ਦੇ ਵਿੱਚ ਮਰੇ ਸੀ, ਸ਼ਹੀਦ ਹੋਏ ਸੀ ਲੋਕ, ਉਹ ਇੱਥੇ ਹੀ ਉਹਨਾਂ ਦੀ ਕਬਰਾਂ ਨੇ, ਕਈਆਂ ਨੂੰ ਤਾਂ ਨਹਿਰੇ ਇਹਨਾਂ ਨੇ ਸਿੱਟ ਦਿੱਤਾ, ਕਈਆਂ ਨੂੰ ਉੱਥੇ ਦਫਨਾ ਦਿੱਤਾ। ਅਸੀਂ ਦਿਖਾਵਾਂਗੇ ਇੱਥੇ ਜਿਹੜੇ ਹਜ਼ਾਰਾਂ ਸਿੱਖ ਕਤਲ ਹੋਏ ਸੀ ਉਹਨਾਂ ਦੀ ਸਮਾਧੀਆਂ ਜਿਹੜੀਆਂ ਬਣੀਆਂ ਨੇ, ਜਿਹਨੂੰ ਅਸੀਂ ਕਬਰਾਂ ਵੀ ਕਹਿੰਦੇ ਹਾਂ, ਉਹ ਇੱਥੇ ਬਣੀਆਂ ਨੇ, ਅਤੇ ਅਸੀਂ ਹੁਣ ਉੱਧਰ ਹੀ ਜਾ ਰਹੇ ਹਾਂ ਉਸ ਜਗ੍ਹਾ 'ਤੇ ਜਿੱਥੇ ਡੇਰਾ ਹੁੰਦਾ ਸੀ ਸਿੱਖ ਦਾ, ਇਕਬਾਲ ਸਿੰਘ ਸਿੱਖ ਸੀ ਉਹਦਾ ਡੇਰਾ ਸੀ, ਜਿੱਥੇ ਇਹ ਸਾਰਾ ਕਤਲੇਆਮ ਹੋਇਆ ਸੀ, ਸ਼ੇਰੇ ਕੋਟੀਆ ਦਾ ਜੱਥਾ ਮਾਰਿਆ ਗਿਆ ਸੀ। ਉਹ ਡੇਰਾ ਸਰਦਾਰ ਇਕਬਾਲ ਸਿੰਘ ਦਾ ਡੇਰਾ ਸੀ। ਹੁਣ ਅਸੀਂ ਜਾ ਰਹੇ ਹਾਂ ਬਾਰ ਬਾਰ ਪਿੰਡ ਦੇ, ਹੁਣ ਇਹ ਛੋਟਾ ਜਿਹਾ ਪਿੰਡ ਬਣ ਗਿਆ। ਇਹ ਜੀ ਸਰਦਾਰ ਇਕਬਾਲ ਸਿੰਘ ਦਾ ਡੇਰਾ ਜਿੱਥੇ ਕਤਲੇਆਮ ਹੋਇਆ ਸੀ 47 ਵੇਲੇ, ਅਤੇ ਅਸੀਂ ਉਸ ਜਗ੍ਹਾ ਪਹੁੰਚ ਗਏ ਹਾਂ ਜਿੱਥੇ ਉਹਨਾਂ ਦੀ ਸਮਾਧੀਆਂ ਕਬਰਾਂ ਬਣਾਈਆਂ ਗਈਆਂ ਸੀ। 28 ਮੁਸਲਮਾਨ ਜਿਹੜੇ ਸੀ ਉਹ ਪਿੰਡ ਜੂਆਂ ਵਾਲੀ ਦੇ ਵੀ ਇੱਥੇ ਹੀ ਮਾਰੇ ਗਏ ਸੀ, ਜਿਨ੍ਹਾਂ ਨੂੰ ਇੱਥੇ ਦਫਨਾਇਆ ਗਿਆ, ਨਾਲ ਸਿੱਖਾਂ ਨੂੰ ਵੀ ਇਜਤਮਾਈ ਕਬਰਾਂ ਬਣਾ ਕੇ ਉਹਦੇ ਵਿੱਚ ਦਫਨ ਕੀਤਾ ਗਿਆ। ਇਹ ਤੁਸੀਂ ਦੇਖ ਰਹੇ ਹੋ ਸਾਹਮਣੇ, ਇਹ ਕਬਰਾਂ ਨੇ ਜਿਹੜੀਆਂ ਜ਼ਮੀਨ ਦੇ ਬਿਲਕੁਲ ਬਰਾਬਰ ਹੋ ਗਈਆਂ, ਲੇਕਿਨ ਇਸ ਪਿੰਡ ਦੇ ਲੋਕ ਜਿਹੜੇ ਜੂਆਂ ਵਾਲੇ ਦੇ ਦੱਸਦੇ ਨੇ ਕਿ ਜਦੋਂ ਇਹਨਾਂ ਨੂੰ ਇੱਥੇ ਮਾਰਿਆ ਗਿਆ ਸੀ ਅਤੇ ਕਈਆਂ ਦੀ ਇੰਨੀ ਕੁ ਆਵਾਮ ਮਰੀ ਸੀ ਕਿ ਕਈਆਂ ਨੂੰ ਨਹਿਰਾਂ ਦੇ ਵਿੱਚ ਸੁੱਟਣਾ ਪਿਆ, ਕਈਆਂ ਨੂੰ ਸੇਮਾਂ ਦੇ ਵਿੱਚ ਸੁੱਟ ਦਿੱਤਾ, ਅਤੇ ਕਈਆਂ ਨੂੰ ਉਹਨਾਂ ਨੇ ਦਫਨਾਉਣ ਦੀ ਕੋਸ਼ਿਸ਼ ਕੀਤੀ। ਇਹ ਢੇਰੀਆਂ ਤੁਸੀਂ ਦੇਖ ਰਹੇ ਹੋ, ਇੱਥੇ 15-16 ਤੋਂ ਜ਼ਿਆਦਾ ਢੇਰੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਦਫਨਾਇਆ ਗਿਆ ਸੀ। ਜਿਹੜੇ ਇੱਥੇ 28 ਜਿਹੜੇ ਬਜ਼ੁਰਗ ਦੱਸਦੇ ਨੇ 27 ਜਾਂ 28 ਜੂਆਂ ਵਾਲੀ ਦੇ ਵਿੱਚ, ਉਹਨਾਂ ਨੂੰ ਵੀ ਇਹਨਾਂ ਦੇ ਵਿੱਚ ਹੀ ਇਹਨਾਂ ਕਬਰਾਂ ਦੇ ਨਾਲ ਇੱਥੇ ਹੀ ਦਫਨਾਇਆ ਗਿਆ ਸੀ। ਇੱਕ ਕਬਰ ਦੇ ਵਿੱਚ 3-3, 4-4 ਲੋਕ ਜਿਹੜੇ ਨੇ ਉਹ ਇੱਥੇ ਦਫਨਾਏ ਗਏ ਸੀ। ਇਹ ਜੀ ਉਹ ਇਲਾਕਾ ਹੈ ਜਿੱਥੇ ਸਰਦਾਰ ਮੰਗਲ ਸਿੰਘ ਦਾ ਕਾਫਲੇ ਦੇ ਉੱਤੇ ਹਮਲਾ ਕੀਤਾ ਗਿਆ, ਅਤੇ ਉੱਥੇ ਲੱਖਾਂ ਹਜ਼ਾਰਾਂ ਮਾਰੇ ਗਏ। ਠੀਕ ਹੈ, ਇਹ ਤੁਸੀਂ ਦੇਖ ਸਕਦੇ ਹੋ, ਇਹ 47 ਦੀ ਯਾਦ ਹੈ ਜਿਹੜੀ ਇਸ ਡੇਰੇ ਦੇ ਉੱਤੇ ਮੌਜੂਦ ਹੈ, ਅਤੇ ਜਿਹੜੀ ਗਵਾਹੀ ਦਿੰਦੀ ਹੈ ਕਿ ਵਾਕਈ ਇੱਥੇ ਕਾਫੀ ਕਤਲੇਆਮ ਹੋਇਆ ਸੀ। ਇਹ ਇੱਥੇ ਦਰਖਤ ਲੱਗੇ ਨੇ, ਇਹ ਬੋਹੜ ਦਾ ਦਰਖਤ ਹੈ, ਇਹ ਨਾਲ ਇਹਦੇ ਪਿੱਛੇ ਮਸਜਿਦ ਹੈ, ਅਤੇ ਇਹ ਇੱਥੇ ਇਹ ਜਗ੍ਹਾ ਹੀ ਜਿਹੜੀ ਹੈ ਪੂਰੀ ਇਸ ਡੇਰੇ ਨੇ ਇਸ ਜਗ੍ਹਾ ਨੂੰ ਵਕਫ ਕੀਤਾ ਹੈ ਕਬਰਾਂ ਵਾਸਤੇ।